ਜਦੋਂ ਨਵੰਬਰ ਦਾ ਮਹੀਨਾ ਚੜ੍ਹਦਾ ਹੈ, 1 ਨਵੰਬਰ ਹੁੰਦੀ ਹੈ, ਸਰਕਾਰੀ ਟੁੱਕੜ ਬੋਝ, ਸਰਕਾਰ ਦੇ ਦਰਿੰਦੇ ਆ ਕੇ ਥਾਂ ਥਾਂ ਤੇ ਪੰਜਾਬ ਨੂੰ ਬੰਦ ਕਰਦੇ ਨੇ, ਮੇਰੇ ਦੇਸ਼ ਨੂੰ ਬੰਦ ਕਰਦੇ ਨੇ। ਨਵੰਬਰ ਨਗਰ ਦੀ ਦੇਰ ਹੁੰਦੀ ਹੈ, ਫਿਰ ਪੰਜਾਬ ਦੀ, ਮੇਰੇ ਦੇਸ਼ ਦੀ, ਮੇਰੀ ਕੌਮ ਦੀ, ਮੇਰੇ ਦੇਸ਼ ਦੇ ਕਿਸਾਨਾਂ ਦੀ ਕੋਈ ਵਾਗਡੋਰ ਨਹੀਂ ਪੁੱਛਦਾ। ਉਹਨਾਂ ਲੋਕਾਂ ਨੂੰ ਚੇਤਾਵਨੀ ਦਿੰਦਾ ਹੋਇਆ ਮੇਰਾ ਵੱਡਾ ਵੀਰ ਸਾਬੀ ਖਾਰਾ ਸੁਖੀਆ ਨੰਗਲ ਵਾਲਾ ਆਪਣੀ ਕਲਮ ਦੇ ਨਾਲ ਕਾਗਜ਼ ਦੀ ਹਿੱਕ ਤੇ ਨਵੰਬਰ ਦੇ ਮਹੀਨੇ ਤੇ ਹੋ ਰਹਿ ਸਾਡੇ ਨਾਲ ਫਰੇਬ ਦੀ ਕਹਾਣੀ ਜਿਵੇਂ ਬਿਆਨ ਕਰਦਾ ਹੈ, ਉਸ ਵਕਤ ਨੂੰ ਭੈਣ ਸੁਖਪਾਲ ਕੌਰ ਖਹਿਰਾ, ਪਲਵਿੰਦਰ ਕੌਰ ਨਾਹਰ, ਰਣਦੀਪ ਕੌਰ ਖਹਿਰਾ, ਖਡੂਰ ਸਾਹਿਬ ਵਾਲੇ ਇਉਂ ਬਿਆਨ ਕਰਦੇ ਨੇ, ਆਉਂਦਾ ਏ ਨਵੰਬਰ ਬੰਦ ਕਰਕੇ ਪੰਜਾਬ ਨੂੰ, ਫਿਰ ਸਾਰਾ ਸਾਲ ਕੋਈ ਲੈਂਦਾ ਵੀ ਨੀ ਖਾਬ ਨੂੰ, ਫਿਰ ਸਾਰਾ ਸਾਲ ਕੋਈ ਲੈਂਦਾ ਵੀ ਨੀ ਖਾਬ ਨੂੰ। ਸ਼ਹੀਦਾਂ ਦੀਆਂ ਵੇਚ ਵੇਚ ਖਾਈ ਜਾਂਦੇ ਬੋਟੀਆਂ, ਸਿੰਘਾਂ ਦੇ ਅਸੀਂ ਵਿਆਹ ਤੇ ਸੇਕਦੇ ਨੇ ਰੋਟੀਆਂ, ਸਿੰਘਾਂ ਦੇ ਅਸੀਂ ਵਿਆਹ ਤੇ ਸੇਕਦੇ ਨੇ ਰੋਟੀਆਂ, ਕਦੇ ਮੁੱਦਾ ਮੀਟਦਾ ਕਦੇ ਦਸਮ ਗ੍ਰੰਥ ਦਾ, ਅੱਜ ਦੇ ਬੈਰੂਪੀਆਂ ਬੇੜਾ ਡੋਬ ਦਿੱਤਾ ਪੰਥ ਦਾ, ਅੱਜ ਦੇ ਬੈਰੂਪੀਆਂ ਬੇੜਾ ਡੋਬ ਦਿੱਤਾ ਪੰਥ ਦਾ, ਨੀਲੇ ਕਾਲੇ ਚਿੱਟਿਆਂ ਨੇ ਪਾਇਆ ਏ ਫਸਾਰੇ, ਹੀਰ ਖਾਂ ਨੇ ਸਾੜ ਦਿੱਤਾ ਰੰਗਲਾ ਪੰਜਾਬ ਏ, ਹੀਰ ਖਾਂ ਨੇ ਸਾੜ ਦਿੱਤਾ ਰੰਗਲਾ ਪੰਜਾਬ ਏ, ਚਰਤਾ ਦੇ ਵਪਾਰੀ ਬਣੇ ਰੱਖੇ ਸੱਭਿਆਚਾਰ ਦੇ, ਪੰਜਾਬ ਨੂੰ ਬਚਾ ਲੋ ਜਿਹੜੇ ਨਿੱਤ ਡਿੰਗਾ ਮਾਰਦੇ, ਪੰਜਾਬ ਨੂੰ ਬਚਾ ਲੋ ਜਿਹੜੇ ਨਿੱਤ ਡਿੰਗਾ ਮਾਰਦੇ, ਕੁੜੀਆਂ ਨੂੰ ਦੱਸ ਦੇ ਜੋ ਸਿਰੇ ਦੀ ਰਕਾਨ ਏ, ਪੈਸੇ ਖਾਤਿਰ ਵੇਚੀ ਜਾਂਦੇ ਆਪਣਾ ਈਮਾਨ ਏ, ਪੈਸੇ ਖਾਤਿਰ ਵੇਚੀ ਜਾਂਦੇ ਆਪਣਾ ਈਮਾਨ ਏ, ਦਿੱਲੀ ਜਨਤਾ ਫੇਸਬੁੱਕ ਤੇ ਅੱਤ ਹੀ ਕਰਾਈ ਜਾਂਦੀ, ਨਿੱਤ ਨਵਾਂ ਸ਼ੋਸ਼ਾ ਛੱਡ ਦੁਨੀਆ ਲੜਾਈ ਜਾਂਦੀ, ਨਿੱਤ ਨਵਾਂ ਸ਼ੋਸ਼ਾ ਛੱਡ ਦੁਨੀਆ ਲੜਾਈ ਜਾਂਦੀ, ਸਿਰੋਂ ਖਾਲੀ ਫੇਸਬੁੱਕ ਤੇ ਬਣੇ ਬ੍ਰਹਮ ਗਿਆਨੀਆਂ, ਬਣਦੇ ਗੁਣੀ ਗਿਆਨੀ ਪਰ ਪੱਲੇ ਨਾ ਦੀਵਾਨੀਆਂ, ਬਣਦੇ ਗੁਣੀ ਗਿਆਨੀ ਪਰ ਪੱਲੇ ਨਾ ਦੀਵਾਨੀਆਂ, ਸੁਖੀਆ ਨੰਗਲ ਵਾਲਾ ਨਿੱਤ ਇਹੀ ਰੌਲਾ ਪਾਉਂਦਾ ਏ, ਪੰਥ ਹੋਵੇ ਇਕੱਠਾ ਦਿਲੋਂ ਅਮਨ ਇਹੀ ਚਾਹੁੰਦਾ ਏ, ਪੰਥ ਹੋਵੇ ਇਕੱਠਾ ਦਿਲੋਂ ਅਮਨ ਇਹੀ ਚਾਹੁੰਦਾ ਏ।